ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਸਿੰਘ ਕਹਿੰਦੇ ਨੇ ਰਾਜਨੀਤੀ ਦੇ ਵਿੱਚ ਮੁੱਦਿਆਂ ਦਾ ਹੋਣਾ ਵੀ ਜ਼ਰੂਰੀ ਹੁੰਦਾ ਹੈ ਮੁੱਦਿਆਂ ਦੇ ਉੱਤੇ ਸਿਆਸਤ ਕੀਤੀ ਜਾਂਦੀ ਹੈ ਜੇ ਮੁੱਦੇ ਨਾ ਹੋਣ ਤਾਂ ਮੁੱਦੇ ਕ੍ਰੀਏਟ ਕੀਤੇ ਜਾਂਦੇ ਨੇ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਪੰਜਾਬ ਪ੍ਰਧਾਨ ਕੁਲਤਾਰ ਸਿੰਘ ਸੰਧਵਾ ਨੇ ਕੁਲਤਾਰ ਸਿੰਘ ਸੰਧਵਾ ਜੀ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਪ੍ਰੋ ਪੰਜਾਬ ਟੀਵੀ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਦੂਮਨ ਸਾਹਿਬ ਕਹਿੰਦੇ ਨੇ ਰਾਜਨੀਤੀ ਦੇ ਵਿੱਚ ਸਿਆਸਤ ਕਰਨ ਦੇ ਲਈ ਮੁੱਦਿਆਂ ਦਾ ਹੋਣਾ ਜ਼ਰੂਰੀ ਹੁੰਦਾ ਜੇ ਮੁੱਦੇ ਨਾ ਹੋਣ ਤਾਂ ਸਰਕਾਰਾਂ ਮੁੱਦੇ ਕ੍ਰੀਏਟ ਕਰਦੀਆਂ ਨੇ ਜਿਹੜੇ ਸੱਤਾ ਦੇ ਵਿੱਚ ਹੁੰਦੀਆਂ ਨੇ ਜਾਂ ਵਿਰੋਧੀ ਧਿਰਾਂ ਵੀ ਕਰਦੀਆਂ ਨੇ ਇੱਕ ਵੱਡਾ ਮੁੱਦਾ ਪੰਜਾਬ ਦੇ ਵਿੱਚ ਬੇਅਦਬੀ ਦਾ ਮੁੱਦਾ ਤੁਸੀਂ ਕੋਟਪੂਰਾ ਤੋਂ ਵਿਧਾਇਕ ਵੀ ਹੋ ਐਸਆਈਟੀ ਬਣਾਈ ਗਈ ਸੀ ਸਾਰੇ ਮਾਮਲੇ ਦੀ ਜਾਂਚ ਕਰਨ ਦੇ ਲਈ ਗੋਲੀ ਕਾਂਡ ਵਾਪਰਦਾ ਉਸ ਦੇ ਉੱਤੇ ਐਸਆਈਟੀ ਬਣਾਈ ਜਾਂਦੀ ਹੈ ਕੁਵਰ ਵਿਜੇ ਪ੍ਰਤਾਪਪੁਰਾਂ ਦੀ ਖਾਰਜ ਕਰ ਦਿੱਤਾ ਗਿਆ ਹਾਈ ਕੋਰਟ ਦੇ ਵੱਲੋਂ ਕਿਵੇਂ ਦੇਖਦੇ ਹੋ ਸਾਰੇ ਮਾਮਲੇ ਬڑا ਮੰਦਪਾਗਾ ਬੇਅਤ ਵੀ ਭਾਵੇਂ ਪਵਿੱਤਰ ਗੀਤਾ ਦੀ ਹੋਈ ਸੀ ਮੁਕੱਦਸ ਕੁਰਾਨ ਦੀ ਹੋਈ ਸੀ ਸੱਚੇ ਪਾਤਸ਼ਾਹ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਸੀ ਹਿਰਦੇ ਦਾ ਵਲੁੰਧਰੇ ਗਏ ਸੀ ਨਾ ਤੇ ਜਿੰਨਾ ਲੋਕਾਂ ਦੀ ਡਿਊਟੀ ਲਈ ਸੀ ਉਦੋਂ ਬਾਦਲ ਪ੍ਰਵਾਹ ਦੀ ਡਿਊਟੀ ਸੀ ਉਹਨਾਂ ਨੇ ਕੋਈ ਇਹਦਾ ਇਨਸਾਫ ਨਹੀਂ ਦਿੱਤਾ ਕੈਪਟਨ ਰਮਿੰਦਰ ਸਿੰਘ ਫਿਰ ਸੌਂ ਖਾ ਕੇ ਆਏ ਉਹਨਾਂ ਤੋਂ ਮਤਲਬ ਐਂ ਜੇ ਲੱਗਦਾ ਸੀ ਵੀ ਚਲੋ ਹੋ ਸਕਦਾ ਵੀ ਹੋਰ ਕੰਮ ਨਾ ਹੋਣ ਜਾਂ ਉਹ ਨਾ ਕਰਨ ਉਹਨਾਂ ਦੇ ਪਾਇਓਰਟੀ ਨਾ ਤੇ ਨਾ ਹੋਵੇ ਪਰ ਇਹ ਕੰਮ ਜ਼ਰੂਰ ਕਰਨਗੇ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਚਾਰਾਂ ਸਾਲਾਂ ਦੀ ਇੱਕ ਇਮਾਨਦਾਰ ਅਫਸਰ ਦੀ ਮਿਹਨਤ ਨੂੰ ਸਿਰਫ ਤੇ ਸਿਰਫ ਇੱਕ ਪਰਿਵਾਰ ਨੂੰ ਬਚਾਉਣ ਖਾਤਰ ਕੱਟੇ-ਬੇਟੇ ਪਾਤਾ ਹੈ ਲੱਗਦਾ ਵੀ ਇਹ ਮਤਲਬ ਇਹਨਾਂ ਦੇ ਬੰਦੇ ਪਾ ਆ ਗਏ ਆ ਕੈਪਟਨ ਰਵਿੰਦਰ ਸਿੰਘ ਕੈਪਟਨ ਅਮਰਿੰਦਰ ਤਾਂ ਕਹਿ ਰਹੇ ਆ ਵੀ ਅਸੀਂ ਸੁਪਰੀਮ ਕੋਰਟ ਕੋਲੇ ਆਵਾਜ਼ ਚੱਕਾਂਗੇ ਕੀ ਲੱਗਦਾ ਫਿਰ ਉਹ ਨਹੀਂ ਜੀ ਐਵੇਂ ਗੱਲਾਂ ਆ ਜੀ ਇਹ ਉਥੇ ਦੇ ਬੰਦੇ ਬਿਰਖ ਹੋ ਜਾਂਦੇ ਆ ਅਲਾਲਤਾਂ ਦੇ ਵਿੱਚ ਤਾਂ ਫਿਰ ਮਤਲਬ ਬਦਲ ਕੀ ਆ ਫਿਰ ਬਦਲ ਤਾਂ ਇਹ ਬੰਦਿਆਂ ਨੂੰ ਕੰਮ ਕਰਨਾ ਚਾਹੀਦਾ ਸੀ ਇਹਦਾ 4 ਮਹੀਨੇ ਚ ਇਹਦਾ ਹੱਲ ਹੋਣਾ ਚਾਹੀਦਾ ਸੀ ਕੈਪਟਨ ਰਵਿੰਦਰ ਸਿੰਘ ਦੀ ਵਾਈਫ ਬੀਬਾ ਪ੍ਰਨੀਤ ਕੌਰ ਜੀ ਦਾ 23 ਲੱਖ ਰੁਪਏ ਉਹ ਚੱਕ ਲਿਆਂਦਾ ਉਹ ਜਿਹੜੇ ਬੰਦੇ ਸੀ ਉਹ ਪਤਾ ਨਹੀਂ ਕਿਹੜੇ ਹੋਰ ਪ੍ਰਦੇਸ਼ ਚ ਫੜ ਗੱਡ ਲਿਆਂਦੇ ਰਾਤੇ ਰਾਤ ਫੜ ਲਿਓ ਉਹ ਤਾਂ ਇਹਨਾਂ ਅਦਾਲਤਾਂ ਦੇ ਵਿੱਚ ਆਦਮੀ ਬਿਰਖ ਹੋ ਗਏ ਸਰਜੀਤ ਪਾਤਰ ਵੀ ਲਿਖਦੇ ਆ ਤੁਸੀਂ ਕਿਹਾ ਅਦਾਲਤਾਂ ਚ ਬੰਦੇ ਬਿਰਖ ਹੋ ਜਾਂਦੇ ਆ ਕੀ ਫਿਰ ਅਦਾਲਤਾਂ ਦੇ ਉੱਤੇ ਸਵਾਲੀਆ ਚਿੰਨ ਲੱਗ ਜਾਂਦਾ ਸਰਕਾਰਾਂ ਦੇ ਉੱਤੇ ਸਵਾਲੀਆ ਮਤਲਬ ਜਿਸ ਤਰ੍ਹਾਂ ਦਾ ਸਿਸਟਮ ਹੈ ਅਦਾਲਤਾਂ ਕੀ ਕਾਰੇ ਵਾਸਤੇ ਹੁੰਦੀਆਂ ਨੇ ਅਦਾਲਤਾਂ ਹੁੰਦੀਆਂ ਜਿਹੜਾ ਕਾਨੂੰਨ ਸਰਕਾਰ ਬਣਾਉਂਦੀ ਹੈ ਜਿਹੜਾ ਕੰਮ ਸਰਕਾਰ ਕਰਦੀ ਹੈ ਉਹਨੂੰ ਡਿਫੈਂਡ ਕਰਨਾ ਹੁੰਦਾ ਉਹਨੂੰ ਕਾਨੂੰਨ ਦੀ ਪਰਿਭਾਸ਼ਾ ਦੇ ਵਿੱਚ ਰੱਖਣਾ ਹੁੰਦਾ ਇੱਥੇ ਤਾਂ ਸਰਕਾਰ ਨੇ ਡਿਫੈਂਡ ਹੀ ਨਹੀਂ ਕੀਤਾ ਤੁਸੀਂ ਦੇਖੋ ਵੀ ਪਹਿਲੀ ਵਾਰੀ ਹੋਇਆ ਵੀ ਕਿਸੇ ਦੋਸ਼ੀ ਦੀ ਅਰਜੀ ਤੇ ਦੋਸ਼ੀ ਦੇ ਪਸੰਦ ਦੀ ਸੱਟ ਬਣਾਉਣਾ ਵਾਸਤੇ ਕਹਿਤਾ ਗਿਆ ਕਮਾਲ ਦੀ ਗੱਲ ਹੈ ਤੇ ਇੱਕ ਐਸਾ ਬੰਦਾ ਜਿਹਦੇ ਮਤਲਬ ਕੁਮਰ ਵਿਦੇ ਪ੍ਰਤਾਪ ਇੱਕ ਐਸਾ ਅਕਸਰ ਹੈ ਜਿੰਨਕ ਮੇਰੀ ਜਾਣਕਾਰੀ ਹੈ ਵੀ ਉਹਦੀ ਸਰਵਿਸ ਰਿਕਾਰਡ ਦੇ ਉੱਤੇ ਇੱਕ ਵੀ ਧੱਬਾ ਨਹੀਂ ਤੇ ਉਹਨੂੰ ਤੁਸੀਂ ਕਹਤਾ ਵੀ ਇਹ ਤਾਂ ਇਨਕੁਆਇਰੀ ਨਹੀਂ ਹੋਣੀ ਚਾਹੀਦੀ ਕੀ ਗੱਲ ਬਈ ਫੇਰ ਤੁਸੀਂ ਮੁਖ्तार ਅंसारी ਵਰਗੇ ਗੈਂਗਸਟਰਾਂ ਨੂੰ ਬਚਾਉਣ ਵਾਸਤੇ ਤਾਂ ਤੁਸੀਂ ਵੱਡੇ ਵੱਡੇ ਵਕੀਲ ਕਰਦੇ ਹੋ ਤੇ ਇੱਥੇ 1.5 200 ਜਿਹੜਾ ਵਕੀਲ ਭਰਤੀ ਕੀਤਾ ਤੇ ਫਿਰ ਉਹ ਕਦੇ ਵਾਸਤੇ ਆ ਉਹ ਕੱਲੇ ਰੇਟੇਰਾਂ ਨੂੰ ਬਚਾਉਣ ਵਾਸਤੇ ਜਾਂ ਮਹਿੰਗੀ ਬਿਜਲੀ ਦੇਣ ਵਾਲੇ ਜਿਹੜੇ ਹੈਗੇ ਆ ਉਹਨਾਂ ਨੂੰ ਬਚਾਉਣ ਵਾਸਤੇ ਬਿਜਲੀ ਦਾ ਜਿਹੜਾ ਬੋਝ ਪਿਆ ਨਾ ਜੀ ਕੋਲ ਵਾਸ਼ਿੰਗ ਵਾਲਾ 1000 ਕਰੋੜ ਦੇ ਕਰੀਬ ਆਓ ਈਡੀ ਜਿਹੜਾ ਲਾਇਆ ਗਿਆ ਮਾਈਨਿੰਗ ਨੂੰ ਤੁਸੀਂ ਗੱਲ ਕੀਤੀ ਆ ਵੀ ਵਕੀਲ ਕੀਤੇ ਗਏ ਨੇ ਬਚਾਉਣ ਵਾਸਤੇ ਮਾਈਨਿੰਗ ਵਾਲਿਆਂ ਨੂੰ ਮਾਈਨਿੰਗ ਦੇ ਉੱਤੇ ਵੀ ਇੱਕ ਈਡੀ ਜਿਹੜਾ ਬਿਠਾ ਦਿੱਤਾ ਗਿਆ ਹੁਣ ਕੈਪਟਨ ਅਮਰਿੰਦਰ ਦੇ ਵੱਲੋਂ ਉਸਦੇ ਨਾਲ ਹੀ ਜੇ ਗੱਲ ਕਰੀਏ ਤੁਸੀਂ ਗੱਲ ਕੀਤੀ ਆ ਮਾਮਲੇ ਦੀ ਜੋ ਹਾਈ ਕੋਰਟ ਦੇ ਵਿੱਚ ਵਕੀਲਾਂ ਨੇ ਉਸ ਢੰਗ ਨਾਲ ਨਹੀਂ ਲੜਿਆਗਾ ਆਮ ਆਦਮੀ ਪਾਰਟੀ ਇਹ ਗੱਲ ਆਖਰੀ ਆ ਭਗਵੰਤ ਮਾਨ ਹੋਰਾਂ ਦਾ ਵੀ ਬਿਆਨ ਆਇਆ ਸੀਗਾ ਐਸਆਈਟੀ ਨੂੰ ਲੈ ਕੇ ਵਕੀਲਾਂ ਨੇ ਉਸ ਤਰੀਕੇ ਨਾਲ ਹਾਈ ਕੋਰਟ ਦੇ ਵਿੱਚ ਪੱਖ ਨਹੀਂ ਰੱਖਿਆ ਕੀ ਹੁਣ ਜਿਹੜੇ ਸਰਦਾਰ ਤੁਰੀਆ ਜਾਂ ਅਤੁਲ ਨੰਦਾ ਉਹਨਾਂ ਦੇ ਉੱਤੇ ਵੀ ਸਵਾਲੀਆ ਚੰਨ ਆਉਂਦੀ ਆਮ ਆਦਮੀ ਪਾਰਟੀ ਇਹੋ ਆਮ ਆਦਮੀ ਪਾਰਟੀ ਕਹਿੰਦੀ ਹੈ ਵੀ ਉਹਨਾਂ ਵਕੀਲਾਂ ਨੇ ਪੱਖ ਨਹੀਂ ਰੱਖਿਆ ਦੂਜੇ ਪਾਸੇ ਕਾਂਗਰਸ ਕਹਿੰਦੀ ਹੈ ਟੌਪ ਦੇ ਵਕੀਲ ਨੇ ਉਹ ਤਾਂ ਆਦਲਨ ਦਾ ਜੀ ਕਿਹੜੇ ਕੰਮਾਂ ਦੇ ਟੌਪ ਦੇ ਵਕੀਲ ਹੈ ਸਾਰੀ ਦੁਨੀਆ ਨੂੰ ਪਤਾ ਬਾਕੀ ਇਹ ਤਾਂ ਟੂਲ ਨੇ ਆਦਲ ਇਹ ਜੀ ਦਾ ਟੂਲ ਹੈ ਜ਼ਿੰਮੇਵਾਰੀ ਤਾਂ ਮੁੱਖ ਮੰਤਰੀ ਦੀ ਹੈ ਇਹ ਮੁੱਖ ਮੰਤਰੀ ਐਕਸਪੋਜ਼ ਹੋਇਆ ਕੈਪਟਨ ਅਮਰਿੰਦਰ ਸਿੰਘ ਐਕਸਪੋਜ਼ ਹੋਏ ਆ ਉਹਨਾਂ ਦੀ ਜਿਹੜੀ ਸਾਹਜ ਆ ਬਾਦਲ ਪਰਿਵਾਰ ਦੇ ਨਾਲ ਉਹ ਐਕਸਪੋਜ਼ ਹੋਈ ਇਹਦੇ ਚ ਇਹਦੇ ਦੀ ਕੋਈ ਹੋਰ ਕੋਈ ਅਫਸਰ ਨਹੀਂ ਐਕਸਪੋਜ਼ ਹੋਇਆ ਅਫਸਰਾਂ ਦਾ ਉਵੇਂ ਕਰਨਾ ਜਿਵੇਂ ਕਿ ਕਿਹਾ ਉਹ ਫੜ ਕੇ ਅਫਸਰਾਂ ਨੂੰ ਕੋਪੋਲਸ ਦੇ ਨਿੱਕੇ ਮੋٹے ਅਫਸਰਾਂ ਨੂੰ ਵਿਚਾਰਨ ਕੋਈ ਫੜ ਕੇ ਅੰਦਰ ਦੇ ਤਾਂ ਕਿ ਜਵਾਨ ਤੋਂ ਹੋਊਗੀ ਕਿਸੇ ਨੂੰ ਡਿਸਮਿਸ ਕਰਤਾ ਉਹ ਤਾਂ ਟੂਲ ਹੈ ਉਹ ਤਾਂ ਸਰਕਾਰ ਦੇ ਟੂਲ ਹੈ ਹੁਣ ਦੇਖੋ ਕਤਲ ਹੁੰਦਾ ਕਿਸੇ ਦਾ ਤੇ ਤੁਸੀਂ ਬੰਦੂਕ ਨੂੰ ਥੋੜੀ ਸਜ਼ਾ ਦਿੰਦੇ ਆ ਉਹ ਤਾਂ ਚਲਾਉਣ ਵਾਲੇ ਨੂੰ ਦਿੰਦੇ ਨੇ ਸੇ ਤਾਂ ਜਿਹੜੇ ਪਿੱਛੇ ਕੌਣ ਨੇ ਉਹ ਡਿਊਟੀ ਸੀ ਇਹਨਾਂ ਦੀ ਕਰਨ ਦੀ ਉਹ ਨਹੀਂ ਕੀਤਾ ਇਹਨਾਂ ਨੇ ਡਿਊਟੀ ਲੱਗਦਾ ਫਿਰ ਨਹੀਂ ਕਰ ਰਹੇਗੇ ਕੈਪਟਨ ਮਨਿੰਦਰ 4 ਸਾਲਾਂ ਦੇ ਦੌਰਾਨ ਜਿਹੜੀ ਗੱਲ ਆਖੀ ਗਈ ਸੀ ਆ ਸਿਟੀ ਕਹਿੰਦੇ ਬਣਾਲੀ ਸੀ ਚਲਾਨ ਪੇਸ਼ ਹੋ ਗਏ ਸੀ ਹੁਣ ਕਹਿ ਰਹੇ ਆ ਵੀ ਅਸੀਂ ਆਵਾਜ਼ ਚੁੱਕਾਂਗੇ ਕਹਿੰਦੇ ਸਰਕਾਰ ਤਾਂ ਕੰਮ ਕਰ ਰਹੀ ਆ ਉਹ ਤਾਂ ਹਾਈ ਕੋਰਟ ਦਾ ਫੈਸਲਾ ਆ ਆਮ ਆਦਮੀ ਹਰੇਕ ਗੱਲ ਤੇ ਸੀਐਮ ਨੂੰ ਘੜੀਸ ਲੈਂਦੀ ਆ ਸੀਐਮ ਦਾ ਕੰਮ ਥੋੜੀ ਸੀ ਉਹ ਜਿਵੇਂ ਹਾਈ ਕੋਰਟ ਨੇ ਫੈਸਲਾ ਕਰਤਾ ਤਾਂ ਕਹਿੰਦੇ ਅਸੀਂ ਆਵਾਜ਼ ਚੁੱਕਾਂਗੇ ਤੇ ਉਹ ਵਕੀਲ ਲਾਏ ਕਿਹਦੇ ਆ ਸੀਐਮ ਦੇ ਲਾਏ ਆ ਕਿ ਮੇਰੇ ਲਾਏ ਆ ਜੇ ਮੇਰੇ ਲਾਏ ਆ ਤੇ ਫਿਰ ਮੈਨੂੰ ਘੜੀਸ ਲਓ ਉਨ ਸੀਐਮ ਤੇ ਲਾਇਆ ਤੇ ਸੀਐਮ ਨੂੰ ਕਰਨਾ ਬਾਕੀ ਇਹ ਮੌਕਾ ਖੁੱਜ ਗਿਆ ਕੈਪਟਨ ਰਵਿੰਦਰ ਸਿੰਘ ਨੂੰ ਸੰਗਤ ਦੀ ਨ ਪਿਆਰ ਲੈਣ ਦਾ ਸੰਗਤ ਦਾ ਅਸ਼ੀਰਵਾਦ ਲੈਣ ਦਾ ਬਾਕੀ ਇਹ ਇਨਸਾਫ ਤਾਂ ਹੋਣਾ ਹੀ ਹੋਣਾ ਹੈ ਥੋੜਾ ਹਲਕਾ ਆ ਤੁਸੀਂ ਪਰਿਵਾਰਾਂ ਦੇ ਨਾਲ ਵੀ ਮਿਲੇ ਹੋ ਨੇੜਿਓਂ ਬਾਚਿਆ ਸਾਰੀ ਇਨਵੈਸਟੀਗੇਸ਼ਨ ਨੂੰ ਕੀ ਲੱਗਦਾ ਵੀ ਪੱਖਪਾਤੀ ਸੀਗੀ ਇਨਵੈਸਟੀਗੇਸ਼ਨ ਜੋ ਗੁਰਦੀਪ ਭੰਦੇਰ ਹੋਰਾਂ ਨੇ ਰੱਟ ਪਾਈ ਸੀ ਹਾਈ ਕੋਰਟ ਨੇ ਮੰਨ ਲਈ ਪੱਖਪਾਤੀ ਦਾ ਉਹ ਹੁੰਦਾ ਜਦੋਂ ਤੁਸੀਂ ਜਿਹੜੀ ਵੀਡੀਓ ਫੁਟੇਜ ਆ ਉਹ ਨਾ ਦਿਓ ਜਦੋਂ ਤੁਸੀਂ ਜਿਹੜੇ ਤੁਹਾਡੀ ਕੇਸ ਪ੍ਰੋਪਰਟੀ ਜਿਹੜੀਆਂ ਗੋਲੀਆਂ ਜਿਨ੍ਹਾਂ ਦਾ ਕਤਲ ਹੋਇਆ ਉਹਨਾਂ ਨੂੰ ਤੁਸੀਂ ਡੈਮੇਜ ਕਰਦੇ ਹੋ ਉਹ ਆ ਪੱਖਪਾਤ ਆ ਜਿਪਸੀ ਦੇ ਉੱਤੇ ਫੜ ਕੇ ਆਪ ਗੋਲੀਆਂ ਮਾਰ ਕੇ ਪਰਚੇ ਪਾਉ ਉਹ ਆ ਪੱਖਪਾਤ ਆ ਜਿਹੜੀ ਰਿਪੋਰਟ ਦੇ ਵਿੱਚ ਇਹ ਸਾਰਾ ਕੁਝ ਉਜਾਗਰ ਕੀਤਾ ਗਿਆ ਉਹ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਆ ਸੋ ਕੋਈ ਗੱਲ ਨਹੀਂ ਮੈਂ ਇੱਕ ਗੱਲ ਦੱਸਣੀ ਚਾਹਣਾ ਵੀ ਮੇਰਾ ਗੁਰੂ ਗ੍ਰੰਥ ਸਾਹਿਬ ਜੀ ਆ ਤੇ ਉਹ ਨਿਰਾਸ਼ਤਾ ਤਾਂ ਲਿਆਉਣ ਹੀ ਨਹੀਂ ਦੇ ਦਿੰਦੇ ਉਹਨਾਂ ਨੇ ਤਾਂ ਪਹਿਲੇ ਦੱਸਿਆ ਵਾ ਕਹਿੰਦੇ ਕਹਿੰਦੇ ਬੰਦੇ ਦੀ ਕਚਹਿਰੀ ਚੋਂ ਤਾਂ ਤੂੰ ਜਿਗਾਰ ਦੀ ਲਾ ਕੇ ਨਿਕਲ ਜਾਏਗਾ ਫਰਕ ਇਹ ਹਰ ਕੇ ਦਿਵਾਨੋ ਕਿੱਥੇ ਜਾਇਆ ਬਰਗਾੜੀ ਮੋਰਚੇ 'ਚ ਵੀ ਤੁਸੀਂ ਲਗਾਤਾਰ ਜਾਂਦੇ ਰਹੇ ਹੋ ਤੁਸੀਂ ਉੱਥੇ ਦੇਖੇ ਹੋ ਤਸਵੀਰਾਂ ਆਈਆਂ ਤੁਹਾਡੀਆਂ ਜੇ ਗੱਲ ਕਰੀਏ ਅ ਬਰਗਾੜੀ ਮੋਰਚੇ ਦੀ ਜਿਹੜੀ ਜਥੇਬੰਦੀ ਸੀ ਜਿਹੜੀ ਉਹਨਾਂ ਨੇ ਕਮੇਟੀ ਬਣਾਈ ਹੋਈ ਸੀ ਉਹਨਾਂ ਦੇ ਵੱਲੋਂ ਫਿਰ ਤੋਂ ਐਲਾਨ ਕੀਤਾ ਗਿਆ ਅਸੀਂ ਦੁਬਾਰਾ ਮੋਰਚਾ ਲਾਵਾਂਗੇ ਜੇ ਜਾਂਚ ਨਹੀਂ ਕੀਤੀ ਜਾਂਦੀ ਪ੍ਰੋਪਰ ਢੰਗ ਨਾਲ ਜੇ ਜਿਸ ਤਰੀਕੇ ਨਾਲ ਐਸਆਈਟੀ ਖਾਰਜ ਕੀਤੀ ਗਈ ਹੈ ਉਹਨਾਂ ਵੱਲੋਂ ਵੀ ਵਿਰੋਧ ਕੀਤਾ ਗਿਆ ਕਿ ਦੁਬਾਰਾ ਕੁਲਤਾਰ ਸਿੰਘ ਸੰਧਵਾ ਦੇਖ ਸਕਦੇ ਨੇ ਬਰਗਾੜੀ ਮੋਰਚੇ 'ਚ ਦੇਖੋ ਜੀ ਜਿਹੜਾ ਵੀ ਗੁਰਸਿੱਖ ਇਨਸਾਫ ਵਾਸਤੇ ਕੋਈ ਵੀ ਕੰਮ ਕਰੂਗਾ ਕੋਈ ਵੀ ਤਰਦਦ ਕਰੂਗਾ ਅਸੀਂ ਨੰਗੇ ਪੈਰੀ ਆਵਾਂ ਨੰਗੇ ਪੈਰੀ ਇਹ ਸਾਡਾ ਫਰਜ਼ ਹੈ ਤab ਉਸ ਦੇ ਨਾਲ ਹੀ ਜੇ ਗੱਲ ਕਰੀਏ ਜਿਸ ਤਰੀਕੇ ਨਾਲ ਨਰੇਲਾ ਦੇ ਵਿੱਚ ਐਮਐਸਪੀ ਨੂੰ ਲੈ ਕੇ ਜਿਹੜਿਆ ਕਿਸਾਨਾਂ ਨੂੰ ਐਮਐਸਪੀ ਨਹੀਂ ਮਿਲ ਰਹੀ ਸੀ ਉੱਥੇ ਕੀ ਨਰੇਲਾ ਜਿਹੜਾ ਆ ਉਹ ਦਿੱਲੀ ਸਰਕਾਰ ਅੰਡਰ ਆਉਂਦਾ ਜਾਂ ਸੈਂਟਰ ਸਰਕਾਰ ਅੰਡਰ ਆਉਂਦਾ ਕਿਉਂਕਿ ਆਮ ਆਦਮੀ ਪਾਰਟੀ ਕਹਿੰਦੀ ਹੈ ਜੀ ਅਸੀਂ ਪੰਜਾਬ ਚ ਆਉਂਦੇ ਆ ਅਸੀਂ ਸਾਰੀਆਂ ਫਸਲਾਂ ਤੇ ਐਮਐਸਪੀ ਦੇਵਾਂਗੇ ਕੀ ਦਿੱਲੀ ਦੇ ਵਿੱਚ ਮਿਲ ਰਹੀ ਹੈ ਦੇਖੋ ਜੀ ਦਿੱਲੀ ਦੇ ਵਿੱਚ ਜਿਹੜੀ ਫਸਲ ਹੈ ਉਹਨੂੰ ਜਿਹੜੀ ਡਿਫਰੈਂਸ਼ੀਅਲ ਡੇਟਾ ਡਿਫਰੈਂਸ ਐ ਐਮਐਸਪੀ ਦਾ ਤੇ ਉਹਦਾ ਜਨਰੇਟ ਖਰੀਦ ਹੁੰਦੀ ਐ ਉਹਦੇ ਲਈ ਸਰਕਾਰ ਦਿੰਦੀ ਐ ਉਹ ਦਿੱਲੀ ਦੇ ਜਿਹੜੇ ਕਿਸਾਨਾਂ ਲਈ ਦਿੰਦੇ ਐ ਔਰ ਉਹਦੇ ਲਈ ਦੇਣ ਵੱਤ ਅਸੀਂ ਅਸੀਂ ਵਚਨਬੱਧ ਆ ਔਰ ਆ ਕੇ ਕਰਕੇ ਦਿਖਾਵਾਂਗੇ ਅਸੀਂ ਤੁਹਾਨੂੰ ਕਰਕੇ ਦਿਖਾਵਾਂਗੇ ਗੱਲਾਂ ਨਹੀਂ ਐ ਨਰੇਲਾ 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 ਦਿੱਲੀ ਦੇ ਅੰਦਰ ਨਹੀਂ ਆਉਂਦਾ ਤੇ ਹੁਣ ਮੈਂ ਲੈ ਕੇ ਉੱਥੇ ਕਣਕ ਵੇਚਣ ਦਾ ਉਹ ਮੈਨੂੰ ਨਹੀਂ ਮਿਲਣੀ ਤੇ ਉੱਥੋਂ ਵਾਲਿਆਂ ਨੂੰ ਮਿਲੂ ਹਾਂ ਉੱਥੋਂ ਉੱਥੋਂ ਦੇ ਉੱਥੋਂ ਦੇ ਕਿਸਾਨ ਸੀ ਕਿ ਉਹਨਾਂ ਨੂੰ ਨਹੀਂ ਮਿਲੇ ਜਰਨੈਲ ਸਿੰਘ ਕਹਿ ਰਿਹਾ ਅਸੀਂ ਗੋਪਾਲ ਰਾਏ ਉਹਨਾਂ ਨੂੰ ਉੱਥੇ ਭੇਜਿਆ ਨੇ ਉੱਥੋਂ ਦੇ ਕਿਸਾਨਾਂ ਜੇ ਮਿਲਣਗੇ ਉਹ ਐਪਲੀਕੇਸ਼ਨ ਦੇਣਗੇ ਦੇ ਦੇਣਗੇ ਕੇਜੀਵਾਲ ਸਾਹਿਬ ਨੇ ਦਿੱਤਾ ਹੀ ਆ ਮੁਫਤਲਾਜ ਦਿੱਤਾ ਹੀ ਆ ਅੱਗੇ 2500 ਪੈਨਸ਼ਨ ਕਹੀ ਸੀ ਦਿੱਤਾ ਹੀ ਆ ਠੀਕ ਹੈ ਨਾ ਜੀ ਚੌਥੇ ਫਰੰਟ ਬਿਜਲੀ ਦੇ ਬਿੱਲ 75% ਦਿੱਲੀ ਨੂੰ ਮੁਫਤ ਕਹੇ ਸੀ ਉਹ ਆਉਂਦੇ ਹੀ ਆ ਇਹ ਵੀ ਹੋ ਜੂ ਚੌਥੇ ਫਰੰਟ ਦੀ ਗੱਲ ਕਰ ਲੈਣੀ ਆ ਪੰਜਾਬ ਦੇ ਵਿੱਚ ਚੌਥਾ ਫਰੰਟ ਵੀ ਦੇਖ ਸਕਦਾ ਹੈ ਕਿ ਆਸ ਲਾਏ ਜਾ ਰਹੇ ਨੇ ਕੀ ਲੱਗਦਾ ਆਮ ਆਦਮੀ ਪਾਰਟੀ ਜਿਸ ਤਰੀਕੇ ਨਾਲ ਢੀਂਟ ਸਾਹੂਰੀ ਆ ਰਹੇ ਸੀ ਸੁਖਦੇਵ ਢੀਂਟ ਸਾਹ ਕਹਿੰਦੇ ਆ ਲਾਇੰਸ ਕਰ ਲੋ ਲੱਗਦਾ ਹੈ ਅਲਾਈਅੰਸ ਦੇ ਨਾਲ ਘਾਟਾ ਪੈ ਸਕਦਾ ਸੀ ਜੋ ਆਖਿਆ ਗਿਆ ਵੀ ਜੁਆਇਨ ਕਰੋ ਅਲਾਈਅੰਸ ਨਹੀਂ ਕਰਨਾ ਹੈ ਤੇ ਤਾਂ ਪਾਰਟੀ ਦੀ ਪਾਲਿਸੀ ਹੁੰਦੀ ਗੱਲ ਤਾਂ ਇਕੱਠੇ ਚੱਲਣ ਦੀ ਉਹਨੂੰ ਅੰਗਰੇਜ਼ੀ ਚ ਅਲਾਈਅੰਸ ਕਹਿ ਲਓ ਉਹਨੂੰ ਮਰਜਰ ਕਹਿ ਲਓ ਅੰਗਰੇਜ਼ੀ ਦੇ ਸ਼ਬਦ ਜਿਵੇਂ ਮਰਜ਼ੀ ਕਰ ਕਰ ਲੋ ਇਹ ਤਾਂ ਚੋਰ ਭਜਾਉਣੇ ਆ ਉਹ ਭਜਾਵਾਂਗੇ ਚੋਰ ਕੌਣ ਨੇ ਤੁਹਾਡੇ ਸਾਹਮਣੇ ਆ ਜਿਨ੍ਹਾਂ ਨੇ ਤਾਂ 1 ਦੇ 10 ਸਾਲਾਂ 'ਚ ਮਹਿਲ ਬਣਾਇਆ ਦੂਜੇ ਨੇ ਉਸ ਤੋਂ ਵੱਡਾ ਗੱਡਾ ਤਾਂ 3 ਸਾਲਾਂ 'ਚ ਬਾਦਲ ਗਿਆ ਨੇ ਪੰਜਾਬ ਨੂੰ ਲੁੱਟ ਕੇ 10 ਸਾਲਾਂ 'ਚ ਬਣਾਇਆ ਉਹ ਲੜਾ ਇਥੇ ਚੰਡੀਗੜ੍ਹ ਬਣਾਇਆ ਮਹਿਲ ਜਾਂ ਤੇ ਕੈਪਟਨ ਰਵਿੰਦਰ ਨੇ ਤਿੰਨ ਸਾਲਾਂ ਦਾ ਹੀ ਜੱਕਦਾ ਕੰਮ ਤੇ ਬਾਈ ਕਈ ਮਾਰ ਕੇ ਤਾਂ ਬਣਦਾ ਨਹੀਂ ਇਹ ਇਹ ਸਾਰਾ ਜਿਹੜਾ ਨਜਾਇਜ਼ ਮਾਈਨਿੰਗ ਸ਼ਰਾਬ ਦੀ ਜਿਹੜੀ ਹੁੰਦੀ ਆ ਆ ਮਹਿੰਗੀ ਬਿਜਲੀ ਜਿਹੜੇ ਗਰੀਬਾਂ ਨੂੰ ਵਿਚਾਰਿਆਂ ਨੂੰ ਜਿਹੜਾ ਮਾੜਾ ਰਾਸ਼ਨ ਤੇ ਉਹ ਜਿਹੜਾ ਹਰਿਆਣੇ ਚੋਂ ਲਿਆ ਕੇ ਉਧਰੋਂ ਯੂਪੀ ਚੋਂ ਬਿਹਾਰ ਚੋਂ ਲਿਆ ਕੇ ਝੋਨਾ ਇਹਨਾਂ ਨੇ ਸਸਤਾ ਲਿਆ ਕੇ ਇਥੇ ਮਹਿੰਗਾ ਵੇਚਿਆ ਸਾਰਾ ਉਹ ਕਾਰਨਾਮਾ ਕੱਢਾਂਗੇ ਗੁਰੂ ਮਿਹਰ ਕਰੇ ਕਰਾਂਗੇ ਤab ਜੀ ਗੱਲ ਕਰ ਲਈਏ ਜਿਸ ਤਰੀਕੇ ਨਾਲ ਆਪਣੀ ਗੱਲ ਸ਼ੁਰੂ ਹੁੰਦੀ ਹੈ ਕਿ ਮੁੱਦੇ ਕ੍ਰੀਏਟ ਕੀਤੇ ਜਾਂਦੇ ਨੇ ਕੀ ਲੱਗਦਾ ਸਿਆਸਤ ਦੇ ਲਈ ਫਿਰ ਮੁੱਦੇ ਵਾਕਈ ਕ੍ਰੀਏਟ ਕੀਤੇ ਜਾਂਦੇ ਨੇ ਪਹਿਲਾਂ ਜਿਵੇਂ ਹੁਣ ਨਵੰਬਰ 84 ਦੀ ਜਾਂ ਜੂਨ 84 ਦੀ ਗੱਲ ਕਰ ਲਈਏ ਹਲੇ ਤੱਕ ਉਹਨਾਂ ਦਾ ਇਨਸਾਫ ਨਹੀਂ ਮਿਲਿਆ ਬਰਗਾੜੀ ਮੁੱਦਾ ਕਿੱਥੋਂ ਤੱਕ ਜਾਂ ਬਹਿਬਲ ਗੋਲੀ ਕਾਂਡ ਦੀ ਗੱਲ ਕਰ ਲਈਏ ਕਿੱਥੋਂ ਤੱਕ ਚੱਲ ਸਕਦੀ ਹੈ ਕਿਉਂਕਿ ਸਿਆਸਤ ਕਰਨ ਦੇ ਲਈ ਮੁੱਦੇ ਉਭਾਰੇ ਜਾਂਦੇ ਨੇ ਚਾਹੇ ਵਿਰੋਧੀ ਪਾਰਟੀਆਂ ਉਭਾਰਨ ਚਾਹੇ ਸੱਤਾ ਧਿਰ ਉਭਾਰੇ ਲੱਗਦਾ ਦੇਖੋ ਜੀ ਮੈਂ ਗੱਲ ਦਾਸਦਾ ਤੁਹਾਨੂੰ ਮੁੱਦੇ ਹਮੇਸ਼ਾ ਹੀ ਹੁੰਦੇ ਨੇ ਕਿਹੜੇ ਮੁੱਦਿਆਂ ਦੇ ਨਾਲ ਲੋਕਾਂ ਦਾ ਕਿਹੜੇ ਮੁੱਦੇ ਚੱਕਣ ਦੇ ਨਾਲ ਲੋਕਾਂ ਦਾ ਫਾਇਦਾ ਹੋਣਾ ਉਹ ਹੈ ਕੰਸਟਰਕਟਿਵ ਜਿਹੜੀ ਪੋਲਿਟਿਕਸ ਇੱਕ ਡਿਸਟਰਕਟਿਵ ਪੋਲਿਟਿਕਸ ਹੁੰਦੀ ਹੈ ਜਿਹੜੀ ਮੋਦੀ ਸਾਹਿਬ ਜਾਂ ਹੋਰ ਬੰਦੇ ਕਰ ਰਹੇ ਨੇ ਉਹ ਮੁੱਦੇ ਜਿਨ੍ਹਾਂ ਨਾਲ ਭਾਈਚਾਰਾ ਟੁੱਟਦਾ ਹੈ ਨੁਕਸਾਨ ਹੁੰਦਾ ਹੈ ਮੁੱਦੇ ਤਾਂ ਹੁੰਦੇ ਹੀ ਨੇ ਮੁੱਦੇ ਕ੍ਰੀਏਟ ਤਾਂ ਕੀਤੇ ਜਾਂਦੇ ਨੇ ਮੰਨਦੇ ਹੋ ਇਹ ਸਬ ਮਤਲਬ ਮੁੱਦੇ ਕ੍ਰੀਏਟ ਕਰਨ ਦੀ ਲੋੜ ਹੀ ਨਹੀਂ ਉਹੀ ਬਹੁਤ ਨੇ ਜੀ ਉਹੀ ਬੜੇ ਨੇ ਜੇ ਲੋਕ ਭਲਾਈ ਵਾਸਤੇ ਕਰਨੇ ਆ ਜੇ ਆਪ ਦੀ ਭਲਾਈ ਵਾਸਤੇ ਲੀਡਰਾਂ ਨੇ ਕਰਨੇ ਉਹ ਕ੍ਰੀਡ ਕਰਦੇ ਆ ਜੇ ਆਪ ਦਾ ਮਹਿਲ ਮੂਲ ਬਚਾਉਣੇ ਹੁੰਦੇ ਜਦੋਂ ਆਪ ਦੀ ਜਿਹੜੀ ਕਾਲੀ ਕਮਾਈ ਬਚਾਉਣੀ ਉਹਦੇ ਇਥੇ ਕ੍ਰੀਡ ਕਰ ਲੈਂਦੇ ਆ ਉਹ ਹੋ ਜਾਂਦੇ ਕੀ ਲੱਗਦਾ ਹੁਣ ਪਰ ਬਿਰਗਾੜੀ ਬੇਅਦਬੀ ਕਾਂਡ ਵਾਪਰਦਾ ਬਹਿਬਲ ਗੋਲੀ ਕਾਂਡ ਕੋਟਕੂਰਾ ਗੋਲੀ ਕਾਂਡ ਹਲਕਾ ਹੈ ਤੁਹਾਡਾ ਪਰਿਵਾਰਕ ਮੈਂਬਰਾਂ ਦਾ ਇਸ ਬਾਰੇ ਕੀ ਕਹਿਣਾ ਪਰਿਵਾਰਕ ਮੈਂਬਰਾਂ ਨੇ ਵੀ ਰੂਸ ਚਿਤਾਇਆ ਸੀ ਮਿਲਿਓ ਉਦੋਂ ਬਾਅਦ ਤੁਸੀਂ ਮੈਂ ਮਿਲਦਾ ਹੀ ਰਹਿਣਾ ਜੀ ਮੇਰੇ ਅਸੀਂ ਤਾਂ ਆਪ ਭੁਗਤ ਭੋਗੀਆਂ ਮੇਰੇ ਮੈਂਬਰ ਨੇ ਮੇਰੇ ਭੈਣ ਭਰਾ ਉਹ ਸਾਰੇ ਜਿਸ ਦਿਨੇ ਹੋਇਆ ਉਸ ਦਿਨ ਵੀ ਅਸੀਂ ਨਾਲ ਹੀ ਸੀਗੇ ਤੇ ਧੱਕਾ ਔਰ ਸਿਤਮਦਰੀਫੀ ਇਹ ਵੀ ਆਪਦੇ ਨੇ ਕੀਤਾ ਹੋਰ ਤਾਂ ਕਰਦੇ ਰਹੇ ਅਫਗਾਨੀ ਵੀ ਕਰਦੇ ਰਹੇ ਇੱਥੇ ਬਾਬਰ ਵੀ ਕਰਦਾ ਰਿਹਾ ਪਰ ਜਿਹੜਾ ਨਾ ਬਾਦਲਾ ਨਹੀਂ ਕੀਤਾ ਇਹਦਾ ਦੁੱਖ ਤਾਂ ਇਸ ਦੇ ਨਾਲ ਹੀ ਆਪਾਂ 2022 ਦੀ ਗੱਲ ਕਰ ਲੈਨੇ ਆ 2022 ਦੇ ਵਿੱਚ ਸਰਕਾਰ ਬਣਾਉਣ ਦਾ ਦਾਵਾ ਕਰ ਰਹੀ ਹੈ ਆਮ ਆਦਮੀ ਪਾਰਟੀ ਜੇ ਗੱਲ ਕਰੀਏ 100 ਸੀਟਾਂ ਦਾ ਦਾਵਾ ਕੀਤਾ ਗਿਆ ਸੀ 2017 ਦੇ ਵਿੱਚ ਵਿਰੋਧੀ ਧਿਰ ਆਖ ਰਹੀਆਂ ਨੇ ਉਦੋਂ ਇਹਨਾਂ ਨੂੰ ਸੀਐਮ ਨਹੀਂ ਮਿਲਿਆਗਾ ਹੁਣ ਹੈਗਾ ਸੀਐਮ ਆਮ ਆਦਮੀ ਪਾਰਟੀ ਦਾ ਉਦੋਂ ਵੀ ਦਾਵਾ ਕਰਦੀ ਸੀ ਐਦਾਂ ਕੀ ਪੰਜਾਬ ਦੇ ਲੋਕ ਦਾਵਾ ਕਰ ਰਹੇ ਆ ਵੀ ਨੀਲੇ ਵੇਖ ਲੈ ਚਿੱਟੇ ਵੇਖ ਲੈ ਬਾਦਲੇ ਵੇਖ ਲੈ ਕੈਪਟਨ ਵੇਖ ਲੈ ਐਦਾਂ ਕੀ ਕੇਜਰੀਵਾਲ ਵੇਖਣਾ ਇਹ ਪੰਜਾਬ ਦੇ ਲੋਕ ਦਾਵਾ ਕਰਦੇ ਆ ਲੋਕ ਤਾਂ ਇਹ ਵੀ ਕਹਿ ਰਹੇ ਆ ਕਿ ਕਿਸਾਨ ਆਪਦੀ ਪਾਰਟੀ ਬਣਾਉਣ ਚੌਥਾ ਫਰੰਟ ਵੀ ਆ ਸਕਦਾ ਕੀ ਕਹੋਗੇ ਫਿਰ ਦੇਖੋ ਜੀ ਮੈਨੂੰ ਤਾਂ ਇਹ ਲੱਗਦਾ ਵੀ ਅਸੀਂ ਵੀ ਕਿਸਾਨ ਹੀ ਆ ਅਸੀਂ ਉਹ ਸੁਖਵੀਰ ਵਾਲੀ ਪੁਸ਼ਪਾਰਾ ਨਹੀਂ ਗੇ ਅਸੀਂ ਕਿਸਾਨ ਸੁਖਵੀਰ ਵੀ ਕਹਿੰਦੇ ਆ ਮੈਂ ਵੀ ਕਿਸਾਨ ਆ ਮੋਦੀ ਵੀ ਕਹਿੰਦੇ ਨੇ ਮੈਂ ਵੀ ਕਿਸਾਨ ਦਾ ਪੁੱਤ ਆ ਫਿਰ ਕੀ ਲੱਗਦਾ ਫਿਰ ਆਮ ਆਦਮੀ ਪਾਰਟੀ ਜੇ ਕਿਸਾਨ ਜਥੇਬੰਦੀਆਂ ਚੌਥਾ ਫਰੰਟ ਲੈ ਕੇ ਆਉਂਦੀਆਂ ਨੇ ਜਾਂ ਹੋਰ ਨੌਜਵਾਨ ਵਿੱਚੋਂ ਨਿਕਲ ਕੇ ਚੌਥਾ ਫਰੰਟ ਤਿਆਰ ਕਰਦੇ ਨੇ ਲਾਈਸ ਹੋ ਸਕਦਾ ਫਿਰ ਯਾਨੀ ਜੇ ਨਹੀਂ ਕਿਆਸਤਾ ਲਾਈ ਜਾ ਰਹੀ ਨੇ ਇਹ ਇਹ ਪੋਲਿਟਿਕਸ ਦੇ ਵਿੱਚ ਤੁਸੀਂ ਫੋਰਸ ਹੀ ਨਹੀਂ ਕਰ ਸਕਦੇ ਹੁੰਦੇ ਕੁਝ ਵੀ ਠੀਕ ਹੈ ਨਾ ਜੀ ਇਹ ਮੋਦੀ ਮੋਦੀ ਕਿਹੜਾ ਕਿਸਾਨ ਆ ਯਾਰ ਚਾਹ ਦਾ ਦੰਦਰ ਬਣਾਉਣੀ ਨਹੀਂ ਆਉਂਦੀ ਖੇਤ ਜਾਓ ਤੇ ਚਾਹ ਪੀਓ ਉਹ ਜਿਹੜੀ ਚਾਹ ਅਸੀਂ ਬਣਾਉਨੇ ਆ ਉਹ ਮੋਦੀ ਤਾਂ ਉਹਦੇ ਨੇੜ ਦੀ ਲੰਗਿਆ ਹੁਣ ਦੇਖੇ ਸਾਡੇ ਪੰਜਾਬ ਦੀ ਚਾਹ ਹੁਣ ਵੀ ਆਮ ਆਦਮੀ ਪਾਰਟੀ ਸਰਕਾਰ ਲੈ ਕੇ ਆਉਣੀ ਹੈ ਇਹ ਹਰੇਕ ਚਾਹਦਾ ਔਰ ਆਊਗੀ 2022 ਸਾਨੂੰ ਦੱਸਦੀ ਬਹੁਤ ਬਹੁਤ ਧੰਨਵਾਦ ਸੰਧੂਆ ਸਾਹਿਬ ਸਾਡੇ ਨਾਲ ਜੁੜਨ ਦੇ ਲਈ ਧੰਨਵਾਦ ਜੀ ਸਾਡੇ ਐਸੀ ਕਿ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਪੰਜਾਬ ਪ੍ਰਧਾਨ ਅਤੇ ਕੁੱਟਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਇਹਨਾਂ ਦਾ ਕਹਿਣਾ ਹੈ ਕਿ ਮੁੱਦੇ ਜਿਹੜੇ ਉਭਾਰੇ ਜਾਂਦੇ ਆ ਮੁੱਦੇ ਜੇ ਲੋਕਾਂ ਦੀ ਭਲਾਈ ਦੇ ਲਈ ਲੱਭਣੇ ਹੋਣ ਤਾਂ ਮੁੱਦੇ ਬਹੁਤ ਬਥੇਰੇ ਨੇ ਪਰ ਜੇ ਆਪਦੀ ਭਲਾਈ ਕਰਨੀ ਹੋਵੇ ਤਾਂ ਫਿਰ ਮੁੱਦੇ ਕ੍ਰੀਏਟ ਕੀਤੇ ਜਾਂਦੇ ਨੇ ਬਰਗਾੜੀ ਬੈਬਲ ਕੁੱਟਪੂਰਾ ਗੋਲੀ ਕਾਂਡ ਦੀ ਗੱਲ ਕੀਤੀ ਹੈ ਤਾਂ ਕਹਿੰਦੇ ਬਹੁਤ ਮੰਦ ਭਾਗ ਹੈ ਤੇ ਜੋ ਕੈਪਟਨ ਸਰਕਾਰ ਕਰ ਰਹੀ ਹੈ ਬਾਦਲਾਂ ਨੂੰ ਬਚਾਉਣ ਦੇ ਲਈ ਕਰ ਰਹੀ ਹੈ ਸਰਕਾਰ ਜਿਹੜੀ ਹੈ ਇਸ ਦੇ ਵਿੱਚ ਇਨਵੋਲਟ ਵੱਡੇ ਦੋਸ਼ ਜਿਹੜੇ ਆ ਪੰਜਾਬ ਸਰਕਾਰ ਦੇ ਉੱਤੇ ਕੁਲਤਾਰ ਸੰਧਵਾ ਨੇ ਲਾਏ ਨੇ ਕੈਮਰਾਮੈਨ ਜੀਤ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਿਮਰਾ ਪ੍ਰੋ ਪੰਜਾਬ ਟੀਵੀ ਚੰਡੀਗੜ੍ਹ